ਤਸਵੀਰ ਦੇ ਵਿੱਚ ਦੋ ਚਿਹਰੇ ਹਾਈਲਾਈਟ ਕੀਤੇ ਹੋਏ ਨੇ। ਇਹ ਜਨਾਬ ਉਹ ਨੇ ਜੋ ਪੰਜਾਬ ਦੇ ਵਿੱਚ ਫੋਕੀ ਟੌਰ ਮਾਰਦੇ ਘੁੰਮ ਰਹੇ ਸੀ। ਇੱਕ ਸ਼ਖਸ ਵੀਆਈਪੀ ਦੀ ਫੀਲਿੰਗ ਲੈ ਰਿਹਾ ਸੀ ਤੇ ਦੂਜਾ ਉਸ ਦਾ ਸੁਰੱਖਿਆ ਗਾਰਡ ਬਣਿਆ ਹੋਇਆ ਸੀ। ਇਹ ਆਪ ਤਾਂ ਫੋਰਚੂਨਰ ਕਾਰ ਦੇ ਵਿੱਚ ਘੁੰਮਦਾ ਸੀ ਤੇ ਇਸ ਦੇ ਮੂਹਰੇ ਇੱਕ ਜਿਪਸੀ ਚੱਲਦੀ ਸੀ ਜਿਸ ਦੇ ਵਿੱਚ ਵਰਦੀ ਪਾਈ ਸੁਰੱਖਿਆ ਗਾਰਡ ਬੈਠੇ ਹੁੰਦੇ ਸੀ। ਸਾਰਿਆਂ ਦੇ ਕੋਲ ਅਸਲੇ ਹੁੰਦੇ ਸਨ। ਜਿਪਸੀ ਦੇ ਅੱਗੇ ਹੂਟਰ ਅਤੇ ਲਾਲ ਬੱਤੀ ਲਾਈ ਹੋਈ ਸੀ ਜੋ ਬਿਲਕੁਲ ਫੇਕ ਸੀ। ਜਾਣਕਾਰੀ ਮੁਤਾਬਿਕ ਇਸ ਨੇ ਹੁਣ ਤੱਕ ਕਈ ਲੋਕਾਂ ਦੇ ਨਾਲ ਕਰੋੜਾਂ ਦੀ ਠੱਗੀ ਮਾਰੀ ਹੈ। ਇਸ ਦਾ ਨਾਮ ਗੁਰਪ੍ਰੀਤ ਸਿੰਘ ਹੈ। ਮੁਲਜ਼ਮ ਮੋਹਾਲੀ ਦੇ ਖਰੜ ਦਾ ਰਹਿਣ ਵਾਲਾ ਜਿਸ ਦਾ ਘਰ ਸਨੀ ਇਨਕਲੇਵ ਦੇ ਵਿੱਚ ਹੈ। ਪੇਸ਼ੇ ਵਜੋਂ ਇਹ ਇੱਕ ਮੈਰਿਜ ਬਿਊਰੋ ਚਲਾਉਂਦਾ ਹੈ। ਹੁਣ ਤੱਕ ਕਈਆਂ ਨੂੰ ਠੱਗ ਚੁੱਕਿਆ ਤਾਂ ਮੋਹਾਲੀ ਜ਼ਿਲ੍ਹੇ ਦੇ CIA ਟੀਮ ਦੇ ਵੱਲੋਂ ਇਸ ਸ਼ਖਸ ਨੂੰ ਬੇਨਕਾਬ ਕੀਤਾ ਗਿਆ। ਨਾਕੇ ਤੇ ਜਦੋਂ ਇਸ ਦੀ ਪੁੱਛਗਿੱਛ ਕੀਤੀ ਗਈ ਤਾਂ ਇਸ ਦਾ ਭੇਤ ਖੁੱਲ ਗਿਆ। A to Z ਫੇਕ ਪਾਇਆ ਗਿਆ। ਪੁਲਿਸ ਨੇ ਇਸ ਦੇ ਖਿਲਾਫ ਮਾਮਲਾ ਦਰਜ ਕਰਕੇ ਇਸ ਨੂੰ ਗ੍ਰਿਫਤਾਰ ਕਰ ਲਿਆ। ਇਸ ਦੀਆਂ ਗੱਡੀਆਂ ਵੀ ਜ਼ਬਤ ਕਰ ਲਈਆਂ। ਇਸ ਦੇ ਸੁਰੱਖਿਆ ਗਾਰਡ ਦੇ ਕੋਲ ਜੋ ਅਸਲੇ ਸੀ ਉਹਨਾਂ ਦੀ ਹੁਣ ਜਾਂਚ ਕੀਤੀ ਜਾਵੇਗੀ। ਸੋ ਦਿਖਾਵੇ ਦੇ ਲਈ ਇਸ ਸ਼ਖਸ ਦੇ ਵੱਲੋਂ ਪੰਜਾਬ ਦੇ ਵਿੱਚ ਫੋਰਚੂਨਰ ਤੇ ਗੇੜੀਆਂ ਲਗਾਈਆਂ ਗਈਆਂ। ਅੱਗੇ ਇਸ ਦੇ ਇੱਕ ਜਿਪਸੀ ਚੱਲਦੀ ਸੀ ਜਿਸ ਤੇ ਲਾਲ ਬੱਤੀ ਲੱਗੀ ਹੋਈ ਸੀ। ਵਿੱਚ ਉਸ ਦੇ ਸੁਰੱਖਿਆ ਗਾਰਡ ਬੈਠੇ ਹੁੰਦੇ ਸੀ। ਸਾਰਿਆਂ ਦੇ ਕੋਲ ਅਸਲੇ ਸਨ। ਸੋ ਹੁਣ ਪੁਲਿਸ ਦੇ ਵੱਲੋਂ ਗੰਭੀਰਤਾ ਦੇ ਨਾਲ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾਵੇਗੀ। ਮੁੱਢਲੀ ਪੁੱਛਗਿੱਛ ਦੇ ਵਿੱਚ ਸਾਹਮਣੇ ਆਇਆ ਕਿ ਇਹ ਸ਼ਖਸ ਮੈਰਿਜ ਵੀਰੋ ਚਲਾਉਂਦਾ ਹੈ ਤੇ ਹੁਣ ਤੱਕ ਕਈ ਲੋਕਾਂ ਨੂੰ ਠੱਗ ਚੁੱਕਿਆ। ਮੋਹਾਲੀ ਦੇ ਸਨੀ ਇਨਕਲੇਵ ਦੇ ਵਿੱਚ ਇਸ ਸ਼ਖਸ ਦਾ ਘਰ ਹੈ। ਸੋ ਹੁਣ ਪੁੱਛਗਿੱਛ ਹੋਵੇਗੀ ਜਿਸ ਮੌਕੇ ਹੋਰ ਵੀ ਕਈ ਖੁਲਾਸੇ ਹੋਣ ਦੀ ਪੂਰੀ ਸੰਭਾਵਨਾ ਹੈ। ਤਸਵੀਰ ਦੇ ਵਿੱਚ ਦੋ ਚਿਹਰੇ ਹਾਈਲਾਈਟ ਕੀਤੇ ਹੋਏ ਨੇ। ਇਹ ਜਨਾਬ ਉਹ ਨੇ ਜੋ ਪੰਜਾਬ ਦੇ ਵਿੱਚ ਫੋਕੀ ਟੌਰ ਮਾਰਦੇ ਘੁੰਮ ਰਹੇ ਸੀ। ਇੱਕ ਸ਼ਖਸ VIP ਦੀ ਫੀਲਿੰਗ ਲੈ ਰਿਹਾ ਸੀ ਤੇ ਦੂਜਾ ਉਸ ਦਾ ਸੁਰੱਖਿਆ ਗਾਰਡ ਬਣਿਆ ਹੋਇਆ ਸੀ। ਇਹ ਆਪ ਤਾਂ ਫੋਰਚੂਨਰ ਕਾਰ ਦੇ ਵਿੱਚ ਘੁੰਮਦਾ ਸੀ ਤੇ ਇਸ ਦੇ ਮੂਹਰੇ ਇੱਕ ਜਿਪਸੀ ਚੱਲਦੀ ਸੀ ਜਿਸ ਦੇ ਵਿੱਚ ਵਰਦੀ ਪਾਈ ਸੁਰੱਖਿਆ ਗਾਰਡ ਬੈਠੇ ਹੁੰਦੇ ਸੀ। ਸਾਰਿਆਂ ਦੇ ਕੋਲ ਅਸਲੇ ਹੁੰਦੇ ਸਨ। ਜਿਪਸੀ ਦੇ ਅੱਗੇ ਹੂਟਰ ਅਤੇ ਲਾਲ ਬੱਤੀ ਲਾਈ ਹੋਈ ਸੀ ਜੋ ਬਿਲਕੁਲ ਫੇਕ ਸੀ। ਜਾਣਕਾਰੀ ਮੁਤਾਬਿਕ ਇਸ ਨੇ ਹੁਣ ਤੱਕ ਕਈ ਲੋਕਾਂ ਦੇ ਨਾਲ ਕਰੋੜਾਂ ਦੀ ਠੱਗੀ ਮਾਰੀ ਹੈ। ਇਸ ਦਾ ਨਾਮ ਗੁਰਪ੍ਰੀਤ ਸਿੰਘ ਹੈ। ਮੁਲਜ਼ਮ ਮੋਹਾਲੀ ਦੇ ਖਰੜ ਦਾ ਰਹਿਣ ਵਾਲਾ ਜਿਸ ਦਾ ਘਰ ਸਨੀ ਇਨਕਲੇਵ ਦੇ ਵਿੱਚ ਹੈ। ਪੇਸ਼ੇ ਵਜੋਂ ਇਹ ਇੱਕ ਮੈਰਿਜ ਬਿਊਰੋ ਚਲਾਉਂਦਾ ਹੈ। ਹੁਣ ਤੱਕ ਕਈਆਂ ਨੂੰ ਠੱਗ ਚੁੱਕਿਆ ਤਾਂ ਮੋਹਾਲੀ ਜ਼ਿਲ੍ਹੇ ਦੇ CIA ਟੀਮ ਦੇ ਵੱਲੋਂ ਇਸ ਸ਼ਖਸ ਨੂੰ ਬੇਨਕਾਬ ਕੀਤਾ ਗਿਆ। ਨਾਕੇ ਤੇ ਜਦੋਂ ਇਸ ਦੀ ਪੁੱਛਗਿੱਛ ਕੀਤੀ ਗਈ ਤਾਂ ਇਸ ਦਾ ਭੇਤ ਖੁੱਲ ਗਿਆ। A to Z ਫੇਕ ਪਾਇਆ ਗਿਆ। ਪੁਲਿਸ ਨੇ ਇਸ ਦੇ ਖਿਲਾਫ ਮਾਮਲਾ ਦਰਜ ਕਰਕੇ ਇਸ ਨੂੰ ਗ੍ਰਿਫਤਾਰ ਕਰ ਲਿਆ। ਇਸ ਦੀਆਂ ਗੱਡੀਆਂ ਵੀ ਜ਼ਬਤ ਕਰ ਲਈਆਂ। ਇਸ ਦੇ ਸੁਰੱਖਿਆ ਗਾਰਡ ਦੇ ਕੋਲ ਜੋ ਅਸਲੇ ਸੀ ਉਹਨਾਂ ਦੀ ਹੁਣ ਜਾਂਚ ਕੀਤੀ ਜਾਵੇਗੀ। ਸੋ ਦਿਖਾਵੇ ਦੇ ਲਈ ਇਸ ਸ਼ਖਸ ਦੇ ਵੱਲੋਂ ਪੰਜਾਬ ਦੇ ਵਿੱਚ ਫੋਰਚੂਨਰ ਤੇ ਗੇੜੀਆਂ ਲਗਾਈਆਂ ਗਈਆਂ। ਅੱਗੇ ਇਸ ਦੇ ਇੱਕ ਜਿਪਸੀ ਚੱਲਦੀ ਸੀ ਜਿਸ ਤੇ ਲਾਲ ਬੱਤੀ ਲੱਗੀ ਹੋਈ ਸੀ। ਵਿੱਚ ਉਸ ਦੇ ਸੁਰੱਖਿਆ ਗਾਰਡ ਬੈਠੇ ਹੁੰਦੇ ਸੀ। ਸਾਰਿਆਂ ਦੇ ਕੋਲ ਅਸਲੇ ਸਨ। ਸੋ ਹੁਣ ਪੁਲਿਸ ਦੇ ਵੱਲੋਂ ਗੰਭੀਰਤਾ ਦੇ ਨਾਲ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾਵੇਗੀ। ਮੁੱਢਲੀ ਪੁੱਛਗਿੱਛ ਦੇ ਵਿੱਚ ਸਾਹਮਣੇ ਆਇਆ ਕਿ ਇਹ ਸ਼ਖਸ ਮੈਰਿਜ ਵੀਰੋ ਚਲਾਉਂਦਾ ਹੈ ਤੇ ਹੁਣ ਤੱਕ ਕਈ ਲੋਕਾਂ ਨੂੰ ਠੱਗ ਚੁੱਕਿਆ। ਮੋਹਾਲੀ ਦੇ ਸਨੀ ਇਨਕਲੇਵ ਦੇ ਵਿੱਚ ਇਸ ਸ਼ਖਸ ਦਾ ਘਰ ਹੈ। ਸੋ ਹੁਣ ਪੁੱਛਗਿੱਛ ਹੋਵੇਗੀ ਜਿਸ ਮੌਕੇ ਹੋਰ ਵੀ ਕਈ ਖੁਲਾਸੇ ਹੋਣ ਦੀ ਪੂਰੀ ਸੰਭਾਵਨਾ ਹੈ।